दिहाड़े लुट खोह ते कतल दे मामले सामने आ रहे ने। लोकी थोड़ी मोटी गल ते ही किसे दी जिंदगी नू तात ही ला दिंदे ने। अजिहा ही मामला मानसा तो सामने आ रहा है जिथे एक नौजवान नू शक दे आधार ते ही कतल कर दिता गया। तुहानू दस दईए कि आरोपी फड़िया गया ते उसने दस्या कि उसनू शक सी कि इस लड़के दा मेरी भैन नाल प्यार संबंध है, जिस करके मैं एक कदम उठाया। उधर गल करदे नौजवान दे परिवार वालियां दी तां उन्होंने इंसाफ की गुहार लाते कहा कि सतनाम सिंह जी रात इतने तुहाडे जगजीत सिंह दा कतल होया, तुहाडा गवांढी है, की मसला तुहानू की लग रहा है? मेरा भाई है जी, ये सुते पे नू जी, इहनू कुछ संघा के जी, सानू कुछ नहीं पता लग्या, किसी ने रात नू कतल करता जी। कबड्डी खेड रहा सी जी, कबड्डी दी कोचिंग ले रहा सी जी। ते तुहानू किसे ते कोई शक वगैरह जायदा, किसे नाल पहला कोई झगड़ा वगैरह होया होवे? कोई नहीं जी, सानू हजे किसे ते कोई शक वार नहीं हैगा, ते ना कोई झगड़ा इहो जिहा बंदा ही नहीं हैगा सी जी। तां बहुत वधिया इक प्लेयर भी वधिया सी, स्टूडेंट भी वधिया सी जी, सारिआं नाल मिल वरत के रहिण वाला बंदा सी, हरेक की सहायता करता सी जी, दुख थुख सुख हरेक दे जांदा सी, इहो जिहा तां बंदा ही नहीं हैगा सी जी। तुसीं की मंग करदे हो हुण? मंग तां सानू इंसाफ चाहीदा जी, साडे तां जदों इहनूं असीं देखिआ पैरां थल्लों जमीन निकल गई, साथों कुछ दस्सिआ भी नहीं जांदा जी। ਸਾਡੀ ਤਾਂ ਬੇਨਤੀ ਹੈ ਵੀ ਸਾਨੂੰ ਇਨਸਾਫ ਚਾਹੀਦਾ। ਮਤਲਬ ਕੀ ਨਾਮ ਤੁਹਾਡਾ? ਕਿਰਨਾ ਜੀ। ਕਿਰਨਾ ਜੀ, ਤੁਹਾਡੇ ਜਿਹੜੇ ਗਵਾਂਢ ਦੇ ਵਿੱਚ ਨੌਜਵਾਨ ਦਾ ਕਤਲ ਹੋਇਆ, ਕੀ ਲੱਗ ਰਿਹਾ ਤੁਹਾਨੂੰ, ਕੀ ਮਾਮਲਾ, ਕੀ ਗੱਲਬਾਤ ਹੈ? ਉਹ ਸਾਡਾ ਜੀ ਪੁੱਤ ਲੱਗਦਾ ਸੀਗਾ, ਅਡਾਪ ਦਾ ਹੀ ਬੱਚਾ, ਆਪ ਦਾ ਬੱਚਾ ਸੀਗਾ, ਤੇ ਸਾਨੂੰ ਤਾਂ ਬਸ ਇਨਸਾਫ ਮਿਲਣਾ ਚਾਹੀਦਾ, ਹੋਰ ਸਾਨੂੰ ਕੋਈ ਉਹ ਨਹੀਂ। ਸਾਡੀ ਤਾਂ ਬੇਨਤੀ ਹੈ ਕਿ ਸਰਕਾਰ ਮੂਹਰੇ ਵੀ ਸਾਨੂੰ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੀ ਜਾਵੇ, ਸਾਡਾ ਇਨਸਾਫ ਦਵਾਇਆ ਜਾਵੇ। ਸਾਡਾ ਪੜ੍ਹਿਆ ਲਿਖਿਆ ਬੱਚਾ ਸੀ, ਸਾਡਾ ਪਰਿਵਾਰ ਹੈ, ਸਾਡੇ ਗਰੀਬ ਪਰਿਵਾਰ ਕੋਈ ਵੀ ਸੇਫ ਨਹੀਂ ਹੈਗੀ ਜੀ, ਕੰਧਾ ਕੋਠੇ ਟੱਪ ਕੇ ਸਾਡੇ ਬੱਚਿਆਂ ਦਾ ਕਤਲ ਕੀਤਾ ਜਾਂਦਾ ਹੈ। ਅਸੀਂ ਇਨਸਾਫ ਮੰਗਦੇ ਹਾਂ ਸਰਕਾਰ ਤੋਂ, ਸਾਡਾ ਬੱਚਾ ਪੜ੍ਹਿਆ ਲਿਖਿਆ ਤੇ ਨੌਕਰੀ ਦੇ ਕਾਬਿਲ ਸੀਗਾ। ਤੁਹਾਡਾ ਕੋਈ ਕਿਸੇ ਨਾਲ ਝਗੜਾ ਵਗੈਰਾ ਇਹਦਾ ਕੋਈ ਹੋਇਆ? ਕੋਈ ਝਗੜਾ ਨਹੀਂ ਸੀ ਜੀ, ਸਾਡੇ ਬੱਚੇ ਦਾ ਕਤਲ ਕੀਤਾ ਗਿਆ, ਸਾਨੂੰ ਇਨਸਾਫ ਚਾਹੀਦਾ। ਮੇਰਾ ਗਰੀਬ ਪਰਿਵਾਰ ਹੈ, ਮੇਰਾ ਭਰਾ ਬਹੁਤ ਗਰੀਬ ਹੈ ਜੀ, ਗਰੀਬੀ ਦੇ ਵਿੱਚੋਂ ਨਿਕਲ ਕੇ ਬੱਚੇ ਪੜ੍ਹਾਏ ਸੀ ਜੀ, ਅੱਜ ਨੌਕਰੀ ਦੇ ਕਾਬਲ ਸੀ, ਅੱਜ ਬੱਚੇ ਦਾ ਕਤਲ ਕੀਤਾ ਗਿਆ ਜੀ, ਸਾਨੂੰ ਇਨਸਾਫ ਦਿੱਤਾ ਜਾਵੇ। इस मामले ते जद मानसा दे एसपीडी नाल गलबात कीती गई तां उन्होंने कहा कि मौके ते पहुंच के कार्रवाई तुरंत कीती गई ते कतल संबंधी होर जानकारी दिंदे उन्होंने कहा कि 24-25 दी रात नूं इक सानूं इनफॉर्मेशन आई सी कि एक ब्लाइंड मर्डर होया हैगा, एक जो 18-19 साल दा मुंडा सी, जिस दी उसदे घर विच ही उसनूं उसदे गला कट के भी उहदा मर्डर कर दित्ता गया सी। ਤੁਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋ ਇਸ ਸੈਂਟਰੀ ਤਰੀਕੇ ਨਾਲ, ਇਸ ਨੂੰ ਸਾਡੀ ਪੁਲਿਸ ਨੇ ਜੋ ਅਸੀਂ ਸਪੈਸ਼ਲ ਟੀਮ ਬਣਾਈ ਸੀ, ਉਸਨੇ ਵਿਦਇਨ 24 ਆਵਰ ਅਸੀਂ ਟ੍ਰੇਸ ਕਰ ਲਿੱਤਾ ਗਿਆ। ਇਸ ਵਿੱਚ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਹੈਗੀ ਹੈ, ਜਿਸ ਦਾ ਨਾਮ ਹੈਗਾ ਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ, ਜਿਸ ਦੀ ਕਰੀਬ ਉਮਰ 20 ਸਾਲ ਉਮਰ ਹੈਗੀ ਹੈ, ਜੋ ਇਸ ਵਿੱਚ ਵਜ੍ਹਾ ਰੰਜਿਸ਼ ਹੈਗੀ ਜੋ ਇਸਨੇ ਜੋ ਮਰਡਰ ਕੀਤਾ ਹੈਗਾ, ਉਸਦੀ ਵਜ੍ਹਾ ਰੰਜਿਸ਼ ਹੈਗੀ ਕਿ ਇਸਨੂੰ ਸ਼ੱਕ ਸੀ ਕਿ ਜੋ ਮ੍ਰਿਤਕ ਹੈਗਾ ਵਿਕਟਿਮ ਹੈਗਾ ਉਸਦੀ ਇਸਦੀ ਸਿਸਟਰ ਨਾਲ ਕੁਛ ਸੰਬੰਧ ਹੈਗੇ ਨੇ, ਅਤੇ ਇਸ ਲਈ ਸ਼ੱਕ ਦੇ ਆਧਾਰ 'ਤੇ ਇਸਨੇ ਇਸਦਾ ਰਾਤ ਨੂੰ ਆ ਕੇ ਇਸਦਾ ਕਤਲ ਕਰ ਦਿੱਤਾ ਗਿਆ। ਇਸ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਕਤਲ ਸੀ, ਇਹ ਅਸੀਂ ਬੜਾ ਸੈਂਟਿਫਿਕ ਤਰੀਕੇ ਨਾਲ ਅਸੀਂ ਟ੍ਰੇਸ ਕੀਤਾ ਹੈ। ਇਸ ਵਿੱਚ ਜੋ ਅੱਗੇ ਤਾਂ ਕਈ ਕੇਸਿਸ ਵਿੱਚ ਦੇਖਿਆ ਗਿਆ ਕਿ ਆਪਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ, ਪਰ ਇਸ ਵਿੱਚ ਬੜਾ ਸੈਂਟਿਫਿਕ ਤਰੀਕੇ ਨਾਲ ਅਸੀਂ ਜਾ ਕੇ ਡੌਗ ਸਕੁਐਡ ਫੁੱਟਪ੍ਰਿੰਟਸ ਚੱਕ ਕੇ, ਉਸਨੇ ਜੋ ਬਾਰਿਸ਼ ਵਾਲਾ ਦਿਨ ਸੀ ਉਸਨੇ ਸਾਡੀ ਸਾਰੀ ਕਾਫੀ ਹੈਲਪ ਕੀਤੀ ਹੈ ਇਸ ਵਿੱਚ, ਅਤੇ ਜੋ ਅਸੀਂ ਹੁਣ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਇਸਨੂੰ ਅਸੀਂ ਇਹਦਾ ਚਲਾਉਂਦੇ ਹਾਂ। ਮਰਨ ਵਾਲਾ ਕੌਣ ਸੀ, ਕੀ ਕਰਦਾ ਸੀਗਾ, ਅਤੇ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ? ਮਰਨ ਵਾਲਾ ਜਿਹੜਾ ਹੈਗਾ ਸੀ ਉਹ ਆਈਲੈਟਸ ਸੈਂਟਰ ਵਿੱਚ ਸਟੱਡੀ ਕਰਦਾ ਸੀ, ਅਤੇ ਉਸਦਾ ਕੋਈ ਕ੍ਰਿਮੀਨਲ ਰਿਕਾਰਡ ਹਜੇ ਤੱਕ ਨਹੀਂ ਆਇਆ। ਜੋ ਉਸਦਾ ਇੱਕ ਬ੍ਰਦਰ ਹੈਗਾ ਉਹ ਆਰਮੀ ਵਿੱਚ ਜੋਬ ਕਰਦਾ ਹੈਗਾ। ਜਿਹੜਾ ਦੋਸ਼ੀ ਹੈ ਸਰ, ਇਹਦਾ ਦੋਸ਼ੀ ਦਾ ਵੀ ਹਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਦੋਸ਼ੀ ਦਾ ਹੈਗਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਦੋਸ਼ੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਉਸਨੇ ਸਿਰਫ ਆਪਣੇ ਸ਼ੱਕ ਦੇ ਆਧਾਰ 'ਤੇ ਇੱਕ ਕ੍ਰਾਈਮ ਕੀਤਾ। ਕੋਈ ਸ਼ੂਜ਼ ਸੀ ਅਤੇ ਜੋ ਕਾਪਾ ਸੀ ਜਿਸ ਨਾਲ ਉਸਨੂੰ ਉਸ ਗੱਲ ਕੱਟਿਆ ਹੈਗਾ ਉਹ ਬਰਾਮਦ ਕਰ ਲਿੱਤਾ ਗਿਆ, ਅਤੇ ਇਸ ਦਾ ਸਾਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ। ਬਿਊਰੋ ਰਿਪੋਰਟ, ਰੰਗਲਾ ਟੀਵੀ।